ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰੀ ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਕਿਸਾਨ ਪਸ਼ੂ ਪਾਲਕ 'ਤੇ। ਅੱਜ ਆਪਾਂ ਪਹੁੰਚੇ ਹੋਏ ਹਾਂ ਮਾਨਸਾ ਮੰਡੀ। ਜਿਹੜੇ ਵੀਰ ਪਹਿਲੀ ਵਾਰੀ ਆਪਣੇ ਚੈਨਲ 'ਤੇ ਜੁੜੇ ਨੇ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਿਆ ਬੈੱਲ ਦਾ ਆਈਕੋਨ ਦਬਾ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਆਪਾਂ ਪਹੁੰਚੇ ਮਾਨਸਾ ਮੰਡੀ 'ਤੇ, ਬਹੁਤ ਵਧੀਆ ਮੱਝਾਂ ਨੇ ਵੀਰ ਕੋਲ। ਪਹਿਲਾਂ ਦਿਖਾਉਂਦੇ ਹਾਂ ਪਸ਼ੂ, ਫਿਰ ਵੀਰ ਨਾਲ ਸਾਰੀ ਗੱਲਬਾਤ ਕਰਾਉਂਦੇ। ਪਹਿਲਾਂ ਸਾਰੀਆਂ ਮੱਝਾਂ ਦਿਖਾ ਦੇਣਾ ਵੀਰ ਦੀਆਂ, ਇਕੱਲੀ ਇਕੱਲੀ ਦੀ ਡਿਟੇਲ ਪੁੱਛ ਲਾਂਗੇ ਬਾਈ ਤੋਂ, ਤੋਰ ਕੇ ਵੀ ਦਿਖਾਵਾਂਗੇ ਇਕੱਲੀ ਇਕੱਲੀ ਮੱਝ। ਆ ਜਾ ਬਾਈ, ਆ ਜਾ ਬਾਈ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਬਾਈ ਜੀ ਕੀ ਨਾਮ ਆ ਆਪਣਾ? ਸ਼ਰਨਪ੍ਰੀਤ ਸਿੰਘ ਜੀ। ਕਿਹੜੀ ਜਗ੍ਹਾ ਤੋਂ ਬਾਈ? ਮਾਨਸਾ ਤੋਂ ਜੀ। ਲੋਕਲ ਮਾਨਸਾ ਤੋਂ? ਹਾਂਜੀ ਬਾਈ ਜੀ। ਵਪਾਰ ਦਾ ਕੰਮ ਹੈ? ਹਾਂ ਵਪਾਰ ਦਾ। ਆ ਇੱਕ ਨੰਬਰ ਵਾਲੀ ਮੱਝ ਦੀ ਕੀ ਡਿਟੇਲ ਆ ਵੀਰੇ? ਇਹ ਵੀਰੇ ਪਹਿਲੇ ਸੂਏ ਝੋਟੀ ਆ, ਦੋ ਦੰਦ। ਠੀਕ ਹੈ ਜੀ। ਦੁੱਧ ਇਹਦੇ ਥੱਲੇ 13-14 ਕਿਲੋ। ਕਿੰਨੇ ਦਿਨਾਂ ਦੀ ਸੂਈ ਆ ਬਾਈ? ਸੂਈ ਨੂੰ ਹੋ ਗਏ 10 ਦਿਨ ਬਾਈ। ਇਹਨੂੰ ਰੇਟ ਕੀ ਇਹਦਾ? ਇਹਦਾ ਰੇਟ ਆ 85,000 ਦਾ, ਲੈਣ ਦੇਣ ਵਾਲਾ ਰੇਟ। ਛੱਡਣੀ ਕਿੰਨੇ ਦੀ ਆ? 80-80 ਛੱਡ ਦਾਂਗੇ। 80,000 ਦੀ? ਹਾਂ। ਖੋਲੀ ਵੀਰ ਤੋਰੀ ਮੱਝ? ਤੋਰੀ ਵੀ ਲਿਆਈ ਓਏ, ਮੱਝ ਇੱਧਰ ਲੈ। ਕਾਨੂੰਨ ਝੋਟੀ ਹੈ, ਮੂੰਹੋਂ ਦੋ ਦੰਦ ਦੱਸਿਆ ਬਾਈ ਨੇ, ਤੋਰ ਕੇ ਦਿਖਾਉਂਦੇ ਆ ਸਾਰਾ ਕੁਝ। ਥਣ ਲੇਵਾ ਬਹੁਤ ਵਧੀਆ ਝੋਟੀ ਆ, ਦੂਰ ਦੂਰ ਥਣ ਲੱਗੇ ਨੇ, ਥੋੜ੍ਹਾ ਕੈਮਰੇ ਤੋਂ ਡਰਦੀ ਆ ਥੋੜ੍ਹਾ। ਕੋਈ ਗੱਲ ਨਹੀਂ ਵੀਰ, ਬੰਨ ਦੇ, ਬੰਨ ਕੇ ਦਿਖਾ ਦਾਂ। ਕੈਮਰੇ ਤੋਂ ਥੋੜ੍ਹਾ ਘਬਰਾਉਂਦੀ ਹੈ। ਕਾਨੂੰਨ ਝੋਟੀ ਆ 13-14 ਕਿਲੋ, ਦੁੱਧ ਬਾਈ ਜੀ ਕਹਿੰਦੇ ਤਿਆਰ ਹੈ। ਦੂਰ ਦੂਰ ਥਣ ਲੱਗਿਆ, ਇਕੱਲਾ ਇਕੱਲਾ ਥਣ ਹੈ, ਜਿਵੇਂ ਘੜਕੇ ਲਾਇਆ ਹੁੰਦਾ ਹੈ। 80,000 ਦੀ ਬਾਈ ਕਹਿੰਦਾ ਛੱਡ ਦਾਂਗੇ। ਆ ਦੋ ਨੰਬਰ ਦੀ ਡਿਟੇਲ ਦੱਸੀ ਬਾਈ। ਇਹ ਵੀ ਬਾਈ ਪਹਿਲੇ ਸੂਏ ਆ, 4 ਦੰਦ ਮੂੰਹ। ਕਿੰਨੇ ਦਿਨ ਦੀ ਸੂਈ ਆ ਵੀਰੇ? 2 ਦਿਨਾਂ ਦੀ ਸੂਈ ਆ ਬਾਈ। ਗੋਲੀ ਇਹ ਥੱਲੇ 13-14 ਕਿਲੋ ਤਿਆਰ ਆ। ਤਿਆਰ ਹੈ? ਹਾਂ। ਰੇਟ ਇਹਦਾ? 1.5 ਆ ਬਾਈ। ਲੈਣ ਦੇਣ ਵਾਲਾ ਕਿੰਨਾ ਪਊ? ਲੱਖ ਦੇ ਕਿੜ ਪਿੱਟ ਤੇ ਛੱਡ ਦਾਂਗੇ। ਤੋਰਿਓ ਵੀਰੇ ਨੂੰ ਖੋਲ ਕੇ। ਤੋਰੀ ਵੀ ਇਹਨੂੰ ਵੀ ਝੋਟੀ ਨੂੰ। ਇਹ ਵੀ ਕਾਨੂੰਨ ਝੋਟੀ ਆ ਦੋਸਤੋ, ਮੂੰਹੋਂ 4 ਦੰਦ ਆ, 2 ਦਿਨ ਦੀ ਸੂਈ ਆ, 13-14 ਕਿਲੋ ਬਾਈ। ਗੋਲੀ ਦੱਸਦਾ ਥੱਲੇ, ਲੋਕਲ ਮਾਨਸਾ ਤੂੰ ਆ ਬਾਈ। ਬਾਈ ਕਹਿੰਦਾ ਜੇ ਕਿਸੇ ਵੀਰ ਨੇ ਸਾਈ ਕਰਕੇ ਆਪਣੇ ਨਹੁਰੇ 'ਤੇ ਆ ਕੇ ਚੋਣੀ ਹੈ ਤਾਂ ਉੱਥੇ ਦੁੱਧ ਚੈੱਕ ਕਰਕੇ ਦੇਖ ਸਕਦਾ, ਡਬਲ ਪੈਸੇ ਕਹਿੰਦਾ ਵਾਪਸ ਹੋਣਗੇ ਜੇ ਡਿਟੇਲ 'ਚ ਕੋਈ ਵੀ ਕਮੀ ਨਿਕਲਦੀ ਹੈ। ਥਾਣਾ ਬਾਨਾ ਦੇਖ ਲਓ ਦੋਸਤੋ, ਇਕੱਲਾ ਇਕੱਲਾ ਥਾਣਾ, ਦੂਰ ਦੂਰ ਲੱਗਿਆ, ਕੱਦ ਬਿੱਡ ਵੇਲ ਬਹੁਤ ਆ ਝੋਟੀ ਦੀ। ਧਮਾਲਾ ਵੀਰ, ਕੈਮਰੇ ਤੋਂ ਥੋੜ੍ਹਾ ਡਰਦੀਆਂ ਨੇ, ਕੈਮਰੇ ਅੱਗੇ ਕਦੇ ਆਈਆਂ ਨੇ। ਸਿੰਘ ਸੁੰਘ ਦੀ ਬਹੁਤ ਸੋਹਣੀ ਹੈ, 3.25 ਸਾਲ ਦੀ ਉਮਰ ਹੈ ਝੋਟੀ ਦੀ। ਆਹ 3 ਨੰਬਰ ਵਾਲੀ ਝੋਟੀ ਆ ਗਈ, ਵਧੀਆ ਮੋਟਾ ਥਾਣ ਲੱਗਿਆ। ਇਹਦੀ ਟ੍ਰੇਲ ਦੱਸੋ ਬਾਈ ਜੀ। ਇਹ 3 ਸੂਏ ਆ ਬਾਈ ਜੀ, 4 ਦਿਨਾਂ ਦੀ ਸੂਈ, 16 ਲੀਟਰ ਦੁੱਧ ਤਿਆਰ ਆ ਜਿੱਦਾਂ। ਅੱਛਾ ਜੀ। ਹਾਂ, ਇਹਦਾ ਰੇਟ ਕੀ ਆ ਬਾਈ? ਇਹਦਾ 1.25 ਬਾਈ। ਲੈਣ ਦੇਣ ਵਾਲਾ? 1-10 ਦੋਸਤ ਦੀ ਛੱਡਦਾ। 1-10 ਦੀ ਛੱਡ ਦੇਗਾ? ਹਾਂ। ਹੋਲ ਵੀਰ, ਤੋਰੀ ਵੀ ਤੀਜੇ ਸੂਏ ਝੋਟੀ ਆ, ਕਿੰਨੇ ਦਿਨਾਂ ਦੀ ਸੂਈ ਦੱਸਿਆ ਬਾਈ? 4 ਦਿਨਾਂ ਦੀ ਬਾਈ। 4 ਦਿਨਾਂ ਦੀ ਸੂਈ ਹੋਈ ਆ, 15-16 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ। ਥਣ ਹਵਾਨਾ ਦੇਖ ਸਕਦੇ ਹੋ, ਮੋਟਾ ਥਣ ਲੱਗਿਆ, ਵਧੀਆ ਮੁੱਠੀ ਵਾਲਾ, ਕੱਦ ਬਿੱਡ ਵੇਲ ਬਹੁਤ ਆ ਝੋਟੀ ਦੀ। ਬਸ ਕਮਾਲ ਆ ਵੀਰ, ਪੂਰੀ ਪੂਰੇ ਗੈਪ 'ਤੇ ਲੱਗੇ ਨੇ ਥਣ, ਕੈਮਰੇ ਤੋਂ ਥੋੜ੍ਹਾ ਡਰਦੀਆਂ ਨੇ ਮੱਝਾਂ। ਬਸ ਵੀਰ ਬੰਨ ਦੇ,
ਕੱਦ ਪੇਟ ਬਹੁਤ ਆ, ਜਮਾਂ ਕਾਲੇ ਰੰਗ ਦੀ ਆ, ਝੋਟੀ ਬਣਦੀ ਖਾਂਦੀ ਬਹੁਤ ਹੈ। ਆ ਗਈ 4 ਨੰਬਰ ਵਾਲੀ ਝੋਟੀ, ਖਾਣਾ ਬਾਨਾ ਦੇਖ ਲਓ, ਮਾਰ ਲਓ ਟਰਾਈ, ਇਹਦਾ ਵੀ ਕੱਦ ਪੇਟ ਬੇਲ ਬਹੁਤ ਆ ਝੋਟੀ। ਹਾਂਜੀ ਬਾਈ ਜੀ, ਇਹਦੀ ਜਾਣਕਾਰੀ, ਤੀਜੇ ਸੂਏ ਆ ਬਾਈ, ਠੀਕ ਹੈ, 10 ਕੁ ਦਿਨਾਂ ਦੀ ਸੂਈ ਹੋਈ ਆ, ਇਹ ਥੱਲੇ 16-17 ਲੀਟਰ ਦੁੱਧ ਤਿਆਰ। ਇਹਦਾ ਰੇਟ ਕੀ ਆ? ਇਹਦਾ ਵੀ 1.25 ਹੈ। ਲੈਣ ਦੇਣ ਵਾਲਾ ਰੇਟ ਕਿੰਨਾ? 1-15-15 ਹੀ ਛੱਡਦਾ। ਹੋਲੀ ਵੀਰੇ ਨੂੰ ਇਹਨੂੰ ਵੀ ਤੋੜ ਦਿਓ। ਕੱਦ ਪੇਟ ਝੋਟੀ ਦਾ ਬਹੁਤ ਹੈ, ਥਾਣਾ ਬਾਨਾ ਦੇਖ ਸਕਦੇ ਹੋ, ਮੋਟਾ ਥਾਣ ਲੱਗਿਆ ਪੂਰਾ, ਦੂਰੀ 'ਤੇ ਥਾਣਾ ਜਿਵੇਂ ਘੜਕੇ ਲਾਏ ਹੁੰਦੇ ਨੇ। ਬਸ ਵੀਰ ਮੋੜ ਲੈ, ਕਮਾਲ ਹੈ, ਆਈ ਕਮਾਲ ਹੈ, ਕਿੱਦਾਂ ਆ ਗਏ? ਆ ਗਏ, ਖਾਣਾ ਬਾਨਾ ਦੇਖ ਸਕਦੇ ਹੋ ਦੋਸਤੋ, ਬੜੀ ਦੂਰੀ 'ਤੇ ਖਾਣ ਲੱਗੇ ਨੇ, ਚੰਗੀ ਹੈ ਝੋਟੀ ਵੀ, 1.5 ਵੀ ਦੇ ਦਾਂਗੇ ਬਾਈ ਜੀ ਦੇ ਨਾਲ। ਵੀਰ ਨੰਬਰ ਬੋਲ ਦਿਓ ਆਪਣਾ। ਮੇਰਾ ਵੀਰੇ 8268-88-384। ਠੀਕ ਹੈ, ਜੇ ਕਿਸੇ ਵੀ ਵੀਰ ਦੇ ਕੋਈ ਵੀ ਮੱਝ ਇਹਨਾਂ 'ਚੋਂ ਪਸੰਦ ਆਉਂਦੀ ਆ ਤਾਂ ਬਾਈ ਨਾਲ ਨੰਬਰ 'ਤੇ ਕਨੈਕਟ ਕਰ ਸਕਦੇ ਹੋ। ਓਕੇ ਬਾਈ ਜੀ, ਸ਼ੁਕਰੀਆ। ਓਕੇ।